ਇੱਕ ਟਿਪ ਜ਼ਰੂਰ ਦਊਂਗਾ ਵੀ ਜਿਹੜੇ ਵੀ ਸਟੂਡੈਂਟ ਵੀਜ਼ੇ 'ਤੇ ਆਉਂਦੇ ਆ ਉਹ ਕਦੇ ਬੈਗ ਰੈਪ ਕਰਾ ਰਿਹਾ, ਕਿਉਂਕਿ ਮੇਰੇ ਵਾਲਾ ਟੁੱਟ ਗਿਆ ਸੀਗਾ ਇੱਥੋਂ ਲਾਸਟ ਟਾਈਮ ਜਦੋਂ ਉਹਨਾਂ ਨੇ ਭਗਾ ਕੇ ਮਾਰਿਆ। ਕਿਹਨੂੰ ਕਹਿੰਦੀ ਮੇਰੇ ਵਾਲੇ ਨੂੰ ਲੌਕ ਨਹੀਂ ਲੱਗਦਾ। ਪਹਿਲੀ ਵਾਰ ਆਏ ਤੁਸੀਂ ਏਅਰਪੋਰਟ, ਕਿਵੇਂ ਲੱਗ ਰਿਹਾ? ਜਿਹੜਾ ਦਿੱਲੀ ਦਾ ਏਅਰਪੋਰਟ ਆ ਨਾ, ਆਸਟ੍ਰੇਲੀਆ ਦਾ ਕੋਈ ਏਅਰਪੋਰਟ ਇਹਦੇ ਮੁਕਾਬਲੇ ਨਹੀਂ ਹੈਗਾ। ਸਭ ਤੋਂ ਸੋਹਣਾ ਏਅਰਪੋਰਟ ਆ ਦਿੱਲੀ ਦਾ। ਨਹੀਂ ਜਿਹੜੇ ਸਾਡੇ ਏਅਰਪੋਰਟ ਨੇ ਜੀ ਇੰਟਰਨੈਸ਼ਨਲ, ਉਹ ਇੰਨੇ ਸੋਹਣੇ ਨਹੀਂ ਹੈਗੇ। ਕਿੰਨੀ ਫਿਕਰ ਆ ਬਾਬੂ ਆਪਣੇ ਟੌਰ ਦੀ, ਮੈਂ ਕਿਹਾ ਪਿੱਠੂ ਬੈਗ ਪਾ ਲਿਓ। ਆ ਵਾਲਾ ਕਿਹਦੇ ਚ ਮਾਇਆ ਲੱਗਦਾ ਮੈਨੂੰ, ਕਿ ਤੇਰੇ ਮੰਮਾ ਪਾ ਲੂ ਪਾਪਾ ਫਿਰ ਉਹ ਪਾ ਲੋਗੇ ਤੁਸੀਂ ਆਪਣੀ ਬਾਅਦ ਚ ਕਿਹੜਾ ਉਹ ਕਾਲਾ। ਹਾਂ ਕਾਲਾ ਮੈਚ ਕਰਦਾ ਨਾ ਨਾਲ, ਆ ਤਾਂ ਹੀ ਪਾਈ ਆ ਵੀ ਮੈਚ ਕਰਦੀ ਆ। ਲੋ ਜੀ ਗਾਇਸ, ਚੈੱਕ ਇਨ ਹੋ ਗਿਆ ਸਾਡਾ, ਸਾਰੇ ਬੈਗ ਡਿਪੋਜ਼ਿਟ ਹੋ ਗਏ, ਬਸ ਆ ਛੋਟੇ ਛੋਟੇ ਰਹਿ ਗਏ। ਸੋ ਗਾਇਸ ਸਾਰਾ ਕੁਝ ਹੋ ਗਿਆ ਡਨ, ਤੇ ਹੁਣ ਅਸੀਂ ਆਪਣੇ ਗੇਟ ਵੱਲ ਜਾ ਰਹੇ ਹਾਂ। ਚੈਕਿੰਗ ਵਗੈਰਾ ਹੋ ਗਈ ਸੀਗੀ ਸਾਰੀ। ਪੜ੍ਹਨੇ ਚੱਲਿਆ ਜੋ ਪੁੱਛਦਾ ਵੀ ਫੀਸ ਕਿਵੇਂ ਕੱਢੋਗੇ, ਕਿ ਮੇਰੇ ਪੇਰੈਂਟਸ ਸਪੋਰਟ ਕਰਨਗੇ। ਜਿਹੜੇ ਵਰਕ ਪਰਮਿਟ ਤੇ ਨੇ ਜਾਂ ਪੀਆਰ ਨੇ ਉਹ ਕੁਛ ਮਰਜ਼ੀ ਕਹਿ ਦੇਣ, ਉਹਨਾਂ ਦਾ ਵੀ ਮੈਟਰ ਨਹੀਂ ਕਰਦਾ। ਅਦਾਲਤ ਬਾਜ਼ਾਰ ਲੱਗਿਆ ਪਿਆ ਜੀ। ਖਾਣਾ ਪੀਣਾ ਖਾ ਲਿਆ ਸੀਗਾ, ਹੁਣ ਸਾਡੀ 10 ਮਿੰਟ ਤੱਕ ਬੋਰਡਿੰਗ ਸ਼ੁਰੂ ਆ। ਚੱਲੀਏ ਜੀ, ਆਜੋ ਖਾਣਾ ਆ ਗਿਆ, ਇਹ ਹੈਗਾ ਪਾਲਕ ਪਨੀਰ ਦਾਲ ਐਂਡ ਰਾਈਸ। ਸਨੈਕਸ ਆ ਗਏ, ਸਨੈਕਸ ਤੇ ਪਨੀਰ ਟਿੱਕਾ ਤੇ ਕੌਨ ਦੇ ਬਾਲੇ ਦਿਨ ਲੱਗੇ, ਪਹਿਲਾਂ ਵੀ ਆਹੀ ਦਿੱਤੇ ਸੀ ਫੇਰ। ਹਾਂ ਕੌਨ ਜੇ ਹੋ ਗਏ ਨਾ, ਪਤਾ ਨਹੀਂ ਇਹਨੂੰ ਸਸਤੇ ਪੈਂਦੇ। ਹਾਂ ਘੱਟ ਘੱਟ ਆ ਗਏ, ਘੱਟ ਆ ਜਾ, ਦੋ ਤਿੰਨ ਕੱਪ ਪੀ ਲੈਂਦੇ ਫੇਰ ਲੈ ਲਾਂਗੇ ਯਾਰ। ਟੇਡਾ ਲੈ ਕੇ ਜਾ ਕੇ
ਕੱਚਾ ਡਰਾਈਵਰ ਆ ਤੂੰ। ਮੰਮੀ ਵੈਲਕਮ ਟੂ ਆਸਟ੍ਰੇਲੀਆ। ਦੇਖਦੇ ਕੌਣ ਲੈਣ ਆਉਂਦਾ। ਅਸੀਂ ਨੇ ਮੈਸੇਜ ਕੀਤਾ ਵੀ ਕੌਣ ਲੈਣ ਆ ਰਿਹਾ, ਕਹਿੰਦੇ ਕੋਈ ਨੀ। ਏਅਰਪੋਰਟ ਤੇ ਤਿਆਰੀਆਂ ਚੱਲ ਰਹੀਆਂ ਨੇ ਬੱਚਿਆਂ ਦੀਆਂ, ਪਹਿਲੀ ਵਾਰ ਟਰੈਵਲ ਕਰਨ ਲੱਗੇ। ਡਰ ਤਾਂ ਨੀ ਲੱਗਿਆ ਚਡੋਲ ਵਾਲੀ ਕੰਮ ਲੱਗਦਾ ਨਾ ਬਸ। ਹਾਂ ਇੱਕ ਵਾਰ ਚਡੋਲ ਚ ਹੁੰਦਾ ਬਸ ਚੜ ਗਿਆ। ਡਰ ਤਾਂ ਨੀ ਲੱਗ ਰਿਹਾ। ਕਿਹਦੇ ਬਾਹਰਲੇ ਪੰਖ ਤੇ ਬੈਠਣਾ? ਅੱਛਾ ਉਡਾ ਕੇ ਲੈ ਜੂਗਾ ਤੈਨੂੰ। ਇਮੀਗ੍ਰੇਸ਼ਨ ਹੋ ਗਈ, ਹੁਣ ਬੈਗੇਜ ਕਲੈਕਟ ਕਰਨ ਲੱਗਿਆ। ਲਗੇਜ ਹੋ ਗਿਆ ਕਲੈਕਟ ਤੇ ਹੁਣ ਅਸੀਂ ਧਰ ਰਹੇ ਆ ਤੇ ਸਕਿਰਤ ਵੀ ਆ ਚੁੱਕੇ ਨੇ। ਅੱਜ ਸਾਰਾ ਕੁਝ ਫਟਾਫਟ ਹੋ ਗਿਆ ਉਰੇ ਨਹੀਂ? ਇਮੀਗ੍ਰੇਸ਼ਨ ਲਾਈਨ 'ਚ ਬਹੁਤ ਟਾਈਮ ਲੱਗਦਾ ਹੈ, ਲੋਕ ਘੱਟ ਆਉਂਦੇ ਆ। ਹਾਂ ਦਸੰਬਰ 'ਚ ਫੁੱਲ ਟਰੈਵਲ ਹੁੰਦੇ ਆ, ਉਹ ਤਾਂ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਸਹੀ ਗੱਲ ਆ। ਐਸੀ ਗੱਲ ਨਹੀਂ। ਉਹ ਵੀ ਆਈ ਜਾਂਦੇ ਗੱਡੀ ਲੱਗਦੀ ਸੀ। ਉਹਨੂੰ ਕਿਉਂ ਕਰੀ ਆ ਗੋੜ? ਮੰਮਾ ਕਿਵੇਂ ਲੱਗ ਰਿਹਾ ਤੁਹਾਨੂੰ? ਨਾਲੇ ਵਿੱਚ ਏਅਰਪੋਰਟ ਦੀ ਪਾਰਕਿੰਗ ਹੈ। ਸਮਾਨ ਰੱਖ ਰਹੇ ਨੇ। ਤੁਹਾਨੂੰ ਕਹੋ ਵਾਪਸ ਹੀ ਹੋ ਜਾਓ ਤੁਸੀਂ। ਇੱਧਰ ਅੰਦਰ ਨਹੀਂ ਜਾਣਾ, ਉਰੀ ਬਾਹਰ ਖੜੋ। ਕੀ ਕਿਵੇਂ ਲੱਗੀ ਜਾਂਦਾ ਮੈਂ ਤੁਹਾਨੂੰ? ਬਖਾ ਉਧਰੋਂ ਦਿੱਲੀ ਜੇ ਵਾਂਗੂ ਲੱਗਦਾ। ਉਧਰੋਂ ਦਿੱਲੀ ਲੱਗ ਰਿਹਾ। ਠੀਕ ਹੈ, ਉਰੇ ਖੜ ਜਾ, ਮੈਂ ਤੁਹਾਡੀ ਫੋਟੋ ਕਰਦਾ। ਉਰੇ ਇਹਦੇ ਅੱਗੇ ਸਾਰੇ ਕਰਾਉਂਦੇ ਆ, ਮੈਲਬਨ ਲਿਖਿਆ ਹੈ ਨਾ। ਬੰਦੇ ਲੇਟ ਨੇ, ਕਹਿੰਦੇ ਸੀ 5 ਵਜੇ ਦੇ ਉੱਠੇ ਹੋਏ ਆ, ਕਹਿੰਦੇ ਉਰੇ ਵੇਟ ਕਰੋ। ਓਕੇ ਠੀਕ ਹੈ, ਕੋਈ ਨਾ ਕਰ ਲੈਂਦੇ ਆ। ਮੈਂ ਕਹਿੰਦਾ ਕਰੀ ਚੱਲ ਸਰਪ੍ਰਾਈਜ਼ ਦਿੰਦੇ ਆਪਾਂ। ਨਹੀਂ ਕਾਣੂ ਫਿਰ ਜੇ ਆਏ ਹੋਏ ਨੇ ਵੀ, ਜਿਨ੍ਹਾਂ ਨੇ ਰਿਸੀਵ ਕਰਨਾ ਸੀ ਉਹ ਹਜੇ ਪਹੁੰਚੇ ਨਹੀਂ। ਅਸੀਂ ਤੀਜਾ ਕਿਹੜਾ ਲਾਤਾ ਏਅਰਪੋਰਟ ਦਾ, ਨਾ ਉਹ ਘਰੇ ਜਾਣ ਦਿੰਦੇ, ਕਹਿੰਦੇ ਘਰੇ ਵੀ ਨਹੀਂ ਜਾਣਾ, ਖੁਰੀ ਖੜੋ। ਕੋਮਲ ਹੈਲੋ, ਸੰਤਾ ਕਿਵੇਂ ਆ? ਕਲੈਕਟ
ਤੁਸੀਂ ਕਿਵੇਂ ਬੰਦੇ ਨੂੰ ਰਿਸੀਵ ਕਰਦੇ ਹੋ? ਫੁੱਲ ਤੁਹਾਡੇ ਪਹੁੰਚਦੇ ਨੇ, ਬੰਦੇ ਤੁਹਾਡੇ ਲੇਟ ਪਹੁੰਚਦੇ ਨੇ, ਬੰਦੇ ਪਹਿਲਾਂ ਆ ਜਾਂਦੇ ਨੇ? ਡੇਢ ਘੰਟਾ ਬਾਅਦ ਚ ਆਇਆ ਮੈਂ ਇੱਥੇ, ਦੂਜੇ ਲੋਕਾਂ ਨੂੰ ਕਹੀ ਜਾਵਾਂ ਮੈਂ ਕਿਹਾ ਕੋਈ ਨਾ ਵੀਰੇ ਮੇਰੇ ਨਾਲ ਦਾ ਆ ਗਿਆ, ਜੇ ਨਾ ਆਇਆ ਮੈਂ ਖੜਾ ਤੁਹਾਡੇ ਕੋਲ ਵੀ ਮੈਂ ਛੱਡ ਦੂੰਗਾ ਤੁਹਾਨੂੰ। ਉਹ ਸਾਰੇ ਨੰਗੇ, ਉਹ ਕਹਿੰਦੇ ਭਾਈ ਅਸੀਂ ਤੈਨੂੰ ਛੱਡ ਦਿੰਦੇ ਹਾਂ। ਹਾਰਨ ਤਾਂ ਨੀ ਸੁਣਦਾ ਦੇਖੋ ਇੰਡੀਆ ਵਾਂਗੂ, ਪੂਰੇ ਹਾਰਨ ਨੀ ਮਾਰਦੇ ਜੀ। ਇੱਕ ਹਾਰਨ ਨੀ ਹੈਗਾ, ਇੱਕ ਆਸੇ ਪਾਸੇ ਉਹ ਨੀ ਹੈਗਾ ਜਿਵੇਂ ਹੁੰਦੇ ਨਾ ਗੰਦ ਬੰਦ ਨੀ, ਹਾਂ ਖਲਾਰਾ ਜਿਹਾ ਹੁੰਦਾ ਉਹ ਨੀ ਹੈ। ਇੱਥੋਂ ਇੱਥੋਂ ਲੱਗਦਾ ਪਿਆ ਚੇਂਜ, ਏਅਰਪੋਰਟ ਤੋਂ ਨਵੀ ਨਵੀ ਪਲੈਨ ਦੱਸ, ਤੈਨੂੰ ਬਸ ਹੋਈ ਹੋਈ ਹੈ ਲੇਟ ਆਉਣ ਦੀ? ਡੇਢ ਘੰਟਾ ਖੜਾ ਕੇ ਰੱਖਿਆ ਵੀਰੇ, ਮੈਂ ਤੇਲ ਜੋ ਕੇ ਆਇਆ ਯਾਰ, ਮੈਨੂੰ ਛੱਡ ਮਿਲੂਗਾ ਬਸ। ਥੈਂਕ ਯੂ, ਥੈਂਕ ਯੂ। ਡੈਡੀ ਕਹਿੰਦੇ ਕੈਨੇਡਾ ਮੈਨੂੰ ਐ ਲੱਗਦਾ ਜਿਵੇਂ ਸਲਾਬਾ ਸਲਾਬਾ ਹੁੰਦਾ, ਕਹਿੰਦਾ ਸਰ ਰੋਜ਼ ਬਰਫ਼ ਪਈ ਰਹਿੰਦੀ ਆ। ਆਸਟ੍ਰੇਲੀਆ ਜਾ ਵਧੀਆ ਲੱਗੀ, ਵਧੀਆ ਲੱਗਿਆ ਘਰ ਤੁਹਾਡਾ? ਕਿਉਂਕਿ ਲਾਰਜ ਸਾਈਜ਼ ਉਹਨੇ ਲੈ ਲਿਆ, ਇਹ ਐਕਸਲ ਸੀਗਾ। ਆ ਬਹੁਤ ਘੈਂਟਾ ਬੈਗ, ਥੈਂਕ ਯੂ, ਲਵ ਇਟ, ਥੈਂਕ ਯੂ ਸੋ ਮਚ, ਥੈਂਕ ਯੂ, ਯੂ ਵੈਲਕਮ, ਥੈਂਕ ਯੂ, ਲਵ ਇਟ। ਇਹਨਾਂ ਦਾ ਸਬਜ਼ੀ ਬਹੁਤ ਬਣਾ ਰੱਖੀਆਂ ਨੇ ਅੱਜ ਖਾਣ ਪੀਣ ਲਈ। ਹਾਂਜੀ,
ਸੋ ਗਾਇਸ ਹੁਣ ਆਸਟ੍ਰੇਲੀਆ ਦੀ ਰੋਟੀ, ਇੰਡੀਆ ਤੋਂ ਬਾਅਦ ਆਸਟ੍ਰੇਲੀਆ ਦੀ ਰੋਟੀ, ਟੇਸਟੀ ਸਬਜ਼ੀ ਬਣੀ ਸਾਡੇ ਘਰਦਿਆਂ ਨੇ, ਵਧੀਆ ਬਣਾਈ ਸਬਜ਼ੀ। ਵੈਲਕਮ ਟੂ ਆਸਟ੍ਰੇਲੀਆ। ਤੇ ਆਹ ਸਾਡੀ ਡੈਕੋਰੇਸ਼ਨ ਪਰਮਾਨੈਂਟ ਲੱਗੀ ਹੋਈ ਆ, ਮਾੜੇ ਮੋਟੇ ਬੈਲੂਨ ਚੇਂਜ ਕਰ ਦਿੰਦੇ ਨੇ ਸਾਈਡ ਤੋਂ। ਕੋਲ ਤੇਰੀ ਵਾਰੀ ਵੀ ਆਈ ਸੀ, ਹਾਂ ਵੈਲਕਮ ਸੀ ਇੱਧਰ, ਇੱਧਰ ਬਰਥਡੇ ਵੀ ਲਿਖ ਬੈਲੂਨ ਬਦਲੇ ਨੇ ਨਾ, ਬਰਥਡੇ ਕਿੱਥੇ, ਬਰਥਡੇ ਵੀ ਰੱਖਿਆ ਹੋਇਆ ਨਾ ਆਪਣੇ, ਹਾਂ ਉਹ ਰੱਖਿਆ ਹੋਇਆ, ਹੈਪੀ ਰੱਖਿਆ ਹੋਇਆ, ਹੈਪੀ ਬਰਥਡੇ ਬਰਥਡੇ ਭਈਆ, ਇਹ ਚੱਕੇ ਬਰਥਡੇ ਦਾ ਬੈਗ ਚ ਪਾ ਕੇ ਪੈਕ ਕੀਤਾ, ਉਹ ਫੁੱਟੇ ਤਾਂ ਨਹੀਂ ਨਾ, ਟੈਨਸ਼ਨ ਪੈ ਗਈ ਜਦੋਂ ਤੈਨੂੰ ਫੁੱਟਣਾ ਨਹੀਂ ਚਾਹੀਦਾ, ਉਹ ਕੰਮ ਆਉਂਦਾ। ਸਿੰਦਰ ਨੂੰ ਨੀ ਲੈ ਕੇ ਗੱਲ ਹੀ ਆ ਗਏ, ਕੀ ਹੋ ਗਿਆ ਬੈਠੀ ਨੀ ਆ ਪਟਿਆਲੇ ਆਉਂਦਾ ਤੁਸੀਂ ਮੈਨੂੰ ਥੱਲੇ ਪਾਉਂਦੇ, ਨਹੀਂ ਚਲੋ ਰੂਮ ਚ ਜਾਓ, ਜਾਓ ਤੁਸੀਂ ਜਾਓ ਜੀ ਉਧਰ ਪਾਓ, ਨਹੀਂ ਨਹੀਂ ਮੰਮੀ ਤੁਸੀਂ ਤੁਸੀਂ ਅੰਦਰ ਪਾਓ ਜੀ, ਜਿਹੋ ਜਿਹੇ ਮੇਰੇ, ਮੈਂ ਆਪਣੇ ਮੰਮੀ ਡੈਡੀ ਨੂੰ ਵੀ ਅੰਦਰ ਹੀ ਪਾਇਆ ਸੀ, ਤੁਸੀਂ ਮੇਰੇ ਮੰਮੀ ਡੈਡੀ ਹੋ ਜੀ, ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਸੀ, ਉਹ ਪੈ ਨਹੀਂ ਸਕਦੇ ਨਾ ਨੀਚੇ, ਨਹੀਂ ਅਸੀਂ ਤੇ ਪੈ ਸਕਦੇ ਨਹੀਂ, ਚਲੋ ਅੰਦਰ ਚਲੋ ਮੰਮੀ, ਤੁਸੀਂ ਉਰੀ ਪੈਣਾ ਜੀ, ਤੁਸੀਂ 3 ਮਹੀਨੇ ਤਾਂ ਪੈਣਾ ਉੱਥੇ,
ਬੈਸਟ ਆ ਨਹੀਂ ਆ ਬੈਸਟ ਨਾਲ ਤਾਂ ਬੱਚਿਆਂ ਨੂੰ ਮਿਲਿਆ ਕਰਾਂਗੇ।